किसी का नहीं आप भला कर सकते तो बुरा भी ना करिए। शहर दिया पीढ़ी पीढ़ी गलिया, सारे शहर दिया पीढ़ी पीढ़ी गलिया, कैंचिया के खुले मैदान जी, साढ़े भंगड़े न साढ़े भंगड़े न जानदा जहान जी, साढ़े भंगड़े न। काम करती हाँ मैं, किसी का बोझ नहीं बनना चाहती, मैं किसी की सेवा करदा, मैं करवाव ना किसी। कितने साल तो काम कर रहे हो? 30 साल। ਕੀ ਨਾਮ ਹੈ ਮਾਂ ਜੀ? ਕ੍ਰਿਸ਼ਨਾ ਬੇਟਾ। ਮਾਂ ਜੀ 70 ਸਾਲ ਦੀ ਉਮਰ ਦੇ ਵਿੱਚ ਚਾਹ ਦਾ ਕੰਮ ਹਜੇ ਵੀ ਕਰ ਰਹੇ ਹੋ, ਕੀ ਕਾਰਨ ਹੈ? ਬੇਟਾ ਕਾਰਨ ਇਹ ਹੈ, ਇੱਕ ਤਾਂ ਦੇਖੋ ਬੇਟਾ ਮੇਰਾ ਦਿਹਾੜੀ ਕਰਦਾ, ਇੱਕ ਸਰਦਾ ਵੀ ਨਹੀਂ, ਇੱਕ ਮੈਂ ਵਿਹਲੀ ਰਹਿ ਕੇ ਖੁਸ਼ ਵੀ ਨਹੀਂ ਆਉਂਦੀ। ਕਿਉਂ? ਕਿ ਮੈਨੂੰ ਚੰਗਾ ਨਹੀਂ ਲੱਗਦਾ, ਉਸ ਘਰ ਵੜ ਗਈ, ਉੱਥੇ ਬੈਠ ਗਈ, ਉੱਥੇ ਬੈਠ ਗਈ, ਸਵੇਰੇ ਆ ਜਾਂਦੇ ਹਾਂ। ਮੈਨੂੰ ਇਹ ਬੜਾ ਚੰਗਾ ਲੱਗਦਾ, ਮੈਂ ਉਹਦੇ ਕੰਮ ਕਰਦੀ ਹਾਂ, ਮੈਂ ਕਿਸੇ ਦਾ ਬੋਝ ਨਹੀਂ ਬਣਨਾ ਚਾਹੁੰਦੀ, ਮੈਂ ਕਿਸੇ ਦੀ ਸੇਵਾ ਕਰਦਾ, ਮੈਂ ਕਰਵਾਵਾਂ ਨਾ ਕਿਸੇ। ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ? 30 ਸਾਲ। 30 ਸਾਲ ਤੋਂ ਲਗਾਤਾਰ ਕੰਮ ਕਰ? ਹਾਂ, ਜ਼ਿਆਦਾ। ਕਿੰਨੇ ਦਾ ਕੰਮ ਹੁੰਦਾ? ਕੁਛ ਵੀ ਨਹੀਂ ਹੈਗਾ ਸੀ ਉਰੇ, ਕੁਛ ਵੀ ਬੰਨਾ ਸੀ, ਐਨ ਜਮਾਂ ਅੱਡੇ ਕੱਖ, ਅੱਡੇ ਅੱਡੇ ਸੱਪ ਨਿਕਲਦੇ ਹੁੰਦੇ ਸੀ ਉਰੋਂ। ਕਿੰਨੇ ਰੁਪਏ ਦਾ ਕੱਪ ਚਾਹ ਵਿੱਚ ਹੈ? ਘੱਟੋ ਘੱਟ 1 ਰੁਪਏ ਦਾ। 1 ਰੁਪਏ ਕੱਪ 'ਚ ਸ਼ੁਰੂ ਕਰਿਆ ਕੰਮ, 30 ਸਾਲ। 3 ਰੁਪਿਆਂ ਦਾ ਠੰਡਾ, 30 ਰੁਪਿਆਂ ਦਾ ਡਾਲਾ ਇੱਕ ਠੰਡਿਆਂ ਦਾ। ਕਿੰਨਾ ਕੁ ਫਰਕ ਦੇਖਦੇ ਹੋ ਉਹ ਟਾਈਮ ਤੇ ਇਹ ਟਾਈਮ? ਬੇਟਾ ਉਹ ਟਾਈਮ ਸੁਖੀ ਸੀ, ਲੋਕ ਦੁੱਧ ਵੀ ਸਸਤਾ, ਚੀਨੀ ਵੀ ਸਸਤੀ, ਸਿਲੰਡਰ ਵੀ 100 ਰੁਪਏ ਦਾ ਭਰਿਆ ਜਾਂਦਾ। ਹੁਣ ਤਾਂ ਬੇਟਾ ਟੁਕੜੇ ਟੁੱਟੇ ਪਏ ਨੇ ਹਰੇਕ ਬੰਦੇ 'ਤੇ, ਮਹਿੰਗਾਈ 'ਚ ਹੁਣ ਤਾਂ ਹਰੇਕ ਬੰਦੇ ਨੂੰ ਔਖਾ ਲੱਗਦਾ। ਹੁਣ ਸਿਲੰਡਰ ਖਤਮ ਹੋ ਜਾਂਦਾ ਨਾ ਤਾਂ ਜਾਂਦੀ ਬਣ ਜਾਂਦੀ ਹੈ। ਇਸ ਉਮਰ ਦੇ ਵਿੱਚ ਪੋਤਾ ਤੁਹਾਨੂੰ ਪੜ੍ਹਾ ਰਿਹਾ, ਕਿੱਦਾਂ ਤਾਂ ਲੱਗ ਰਿਹਾ? ਬਹੁਤ ਵਧੀਆ ਲੱਗਦਾ, ਬੜਾ ਮਜ਼ਾ ਆ ਰਿਹਾ। ਹੋਰ ਉਹ ਕਹਿ ਵੀ ਦਿੰਦਾ, ਕਰੋ ਪੜ੍ਹੋ ਪੜ੍ਹੋ ਫਿਰ ਰੋਟੀ ਖਾਇਓ, ਤੁਹਾਡੇ ਕੰਮ ਆਊਗਾ, ਪੜ੍ਹੋ ਰੋਟੀ ਖਾਓ, ਫਿਰ ਜੇ ਮੈਂ ਵਧੀਆ ਕਰ ਲਾਂ ਕੋਈ ਸਭ ਸੁਭ ਯਾਦ ਅਤੇ ਫਿਰ ਕਹੂਗਾ ਲਓ ਗੁੱਡ ਦੇਤੀ ਤੁਹਾਨੂੰ। ਮੈਂ ਮਖਾ ਸਰ ਗੁੱਡ ਦੇਤੀ ਮੈਨੂੰ, ਮੈਂ ਸਰ ਕਹਿ ਦਿੰਦੀ ਹਾਂ ਉਹਨੂੰ, ਐਂ ਜਿਹੇ ਮਜ਼ਾਕ ਕਰਦੇ ਆ। ਤੁਹਾਡਾ ਮੋਬਾਈਲ ਕੋਈ ਨੌਜਵਾਨ ਲੈ ਗਿਆ ਸੀ, ਘੱਟ ਸ਼ਬਦਾਂ ਦੇ ਵਿੱਚ ਦੱਸੋ ਕੀ ਹੋਇਆ ਸੀ? ਬੇਟਾ ਮੋਬਾਈਲ ਤਾਂ ਫਿਰ ਉਹਨੇ ਐਂ ਕਿਹਾ ਵੀ ਮੈਂ ਭੁੱਖਾ, ਠੀਕ ਹੈ। ਮੈਂ ਕਿਹਾ ਕੋਈ ਨਾ ਬੇਟਾ, ਅਭੀ ਮੇਰਾ ਨਾ ਨਾਲੇ ਤਾਂ ਬੈਗ ਖੋਲਿਆ, ਨਾਲੇ ਮੇਰੇ ਪੈਸੇ ਖੋਲੇ, ਨਾਲੇ ਮੇਰਾ ਮੋਬਾਈਲ ਖੋਲਿਆ। ਉਹਨਾਂ ਨੇ ਉਸਨੇ ਇਹ ਕਿਹਾ ਬੇਟਾ ਮੈਨੂੰ ਤਰਸ ਆ ਗਿਆ, ਮੈਨੂੰ ਤਰਸ ਆ ਗਿਆ। ਮੈਂ ਆਖਿਆ ਬੈਠ ਜਾ ਬੇਟਾ, ਕੋਈ ਨਾ ਕੀ ਪੈ ਗਿਆ, ਭੁੱਖਾ ਨਾ ਰਹਿ ਤੂੰ। ਮੈਨੂੰ ਚਾਹ ਪਿਲਾਈ, ਕੁਲਚਾ ਖਵਾਇਆ, ਮਾਂ ਜਾਂਦਿਆਂ ਨੇ ਕਿਰਾਇਆ ਲੈ ਗਈ ਮੇਰੇ ਕੋਲ, ਕੋਈ ਗੱਲ ਨਹੀਂ ਮੈਂ ਕਿਰਾਇਆ ਦੇ ਦੂੰਗਾ। ਫਿਰ ਬੇਟਾ ਜਦ ਲਾਸਟ ਟਾਈਮ ਹੋਇਆ, ਪਹਿਲਾਂ ਮੇਰਾ ਮੋਬਾਈਲ ਲੈ ਲਿਆ, ਚਲਾਈ ਗਿਆ, ਪਤਾ ਨਹੀਂ ਉਹਨੇ ਕੀ ਕਰਿਆ, ਮੈਨੂੰ ਕੀ ਪਤਾ, ਮੈਨੂੰ ਕਿਹੜਾ ਅਜੇ ਜ਼ਿਆਦਾ ਚਲਾਉਣਾ ਆਉਂਦਾ ਸੀ, ਮੈਂ ਤਾਂ ਪੜਪੋਤਾ ਅਜੇ ਸਿਖਾ ਰਿਹਾ ਸੀ, ਨੰਬਰ ਲਾਉਣਾ ਆ ਗਿਆ ਸੀ ਬਸ, ਅਤੇ ਮਾੜਾ ਮੋਟਾ ਅਜੇ ਉਹ ਸਿਖਾ ਲੈਂਦਾ। ਫਿਰ ਉਹਨੇ ਮੈਨੂੰ ਫੜਾ ਤਾ, ਵਾਪਸ ਦੇ ਤਾ। ਜਦ ਲਾਸਟ ਟਾਈਮ ਦਾ ਹੋਇਆ ਨਾ ਬੱਸ ਦਾ ਟਾਈਮ, ਫਿਰ ਉਹ ਕਹਿੰਦਾ ਬੇਬੇ ਮੋਬਾਈਲ ਦਿਓ, ਡੈਡੀ ਪਤਾ ਨਹੀਂ ਕਿੱਥੇ ਕੀ ਜਾ ਗਿਆ। ਮੈਂ ਕਹਿੰਦਾ ਬੇਟਾ ਤੇਰੇ ਡੈਡੀ ਨੂੰ ਪੁੱਛ ਲਿਆ ਕਿੱਥੇ ਆ ਗਿਆ, ਲੈ ਕੇ ਚਲਾਉਂਦਾ ਮੈਂ ਅੰਦਰ ਵੱਗ ਗਈ, ਉਹ ਵੱਜ ਕੱਟ ਗਿਆ, ਇੰਨਾ ਹੀ ਟਾਈਮ ਲੱਗਿਆ ਬਸ। ਹਰਜੀਤ ਮਾਹੀ ਹੈ ਜੀ। ਮਾਹੀ ਜੀ ਕਿੱਦਾਂ ਦੇਖਦੇ ਹੋ ਤੁਹਾਡੇ ਗਵਾਂਢ ਦੇ ਵਿੱਚ ਇੱਕ 70 ਸਾਲ ਦੀ ਮਾਤਾ ਤਕਰੀਬਨ 30 ਸਾਲਾਂ ਤੋਂ ਚਾਹ ਦਾ ਕੰਮ ਕਰ ਰਹੇ ਨੇ, ਆਪਣੇ ਹੱਥੀਂ ਕੰਮ ਕਰ ਰਹੇ ਨੇ, ਕਿਸੇ ਦੇ ਬੋਝ ਨਹੀਂ ਬਣ ਰਹੇ, ਕੀ ਕਹਿਣਾ ਚਾਹੁੰਦੇ? ਨਹੀਂ ਬਹੁਤ ਵਧੀਆ ਜੀ, ਲੋਕਾਂ ਨੂੰ ਨਸ਼ਿਆਂ ਤੋਂ ਪ੍ਰੇਰਿਤ ਮਿਲਦਾ ਵੀ ਕੋਈ ਨਸ਼ਿਆਂ ਵੱਲ ਨਾ ਜਾਵੇ, ਇਹਨਾਂ ਦੇ ਹੌਸਲੇ ਬੁਲੰਦ ਨੇ ਜੀ, ਇਹਨਾਂ ਨੂੰ ਦੇਖ ਕੇ ਕੰਮ ਕਰਨਾ ਚਾਹੀਦਾ ਹਰੇਕ ਬੰਦੇ ਨੂੰ ਵੀ, ਬਹੁਤ ਵਧੀਆ। ਬਾਕੀ ਬੋਲੀਆਂ ਗਿੱਧੇ ਪੁਰਾਣੇ ਗਾਉਂਦੇ ਨੇ, ਉਹਨਾਂ ਤੋਂ ਸਾਨੂੰ ਵੀ ਪਤਾ ਲੱਗਦਾ ਵੀ ਹੈਗਾ ਕੋਈ ਪੁਰਾਣਾ ਸੱਭਿਆਚਾਰ। ਅੱਜ ਕੱਲ੍ਹ ਤਾਂ ਮੁੰਡੇ ਜਿਹੜੇ ਗਾਣੇ ਸੁਣਦੇ ਨੇ ਉਹ ਸੁਣੇ ਵੀ ਨਹੀਂ ਜਾ ਰਹੇ ਪਰਿਵਾਰ 'ਚ ਬੈਠ ਕੇ, ਇਹ ਬੋਲੀਆਂ ਆਪਾਂ ਪਰਿਵਾਰ 'ਚ ਬੈਠ ਕੇ ਵੀ ਸੁਣ ਸਕਦੇ ਹਾਂ, ਇਹਨਾਂ ਤੋਂ ਸਿੱਖਣ ਨੂੰ ਮਿਲਦਾ ਹੈ। ਹਾਂਜੀ ਬਹੁਤ ਵਧੀਆ ਲੱਗਦਾ। ਬੇਬੇ ਕਹਿੰਦੀ ਮੈਨੂੰ ਘਰ ਬੈਠਣਾ ਵਧੀਆ ਨਹੀਂ ਲੱਗਦਾ, ਮੈਂ ਕਿਸੇ ਦੇ ਵਜਨ ਪਾਵਾਂ, ਕਿਸੇ ਦੇ ਬੋਝ ਲਵਾਂ, ਇਸ ਕਰਕੇ ਮੈਂ ਆਪਣਾ ਕੰਮ ਆਪ ਕਰਦਾ। ਨਹੀਂ ਸਰ, ਐਂ ਵੀ ਸਾਡੇ ਤੋਂ ਵੀ ਕੰਮ ਨਹੀਂ ਹੁੰਦਾ ਹੈਗਾ ਜੇ ਨਹੀਂ ਕੰਮ ਕਰਦੇ ਆ, 4, 4:30, 5 ਵਜੇ ਆ ਜਾਂਦੇ ਨੇ ਦੁਕਾਨ 'ਤੇ, 8, 9 ਵਜੇ ਜਾਂਦੇ ਨੇ, ਹਲੇ ਅਸੀਂ ਹੌਸਲਾ ਹਾਰ ਜਾਂਦੇ ਹਾਂ। ਇਹ ਕਹਿੰਦੀ ਵੀ ਹੌਸਲਾ ਨਾ ਹਾਰੋ, ਵੀ ਕੁਛ ਸਿੱਖੋ, ਬਣੋ ਜ਼ਿੰਦਗੀ 'ਚ, ਨਸ਼ਿਆਂ ਤੋਂ ਬਚੋ। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ?
ਵੀ ਨੌਜਵਾਨਾਂ ਤੋਂ ਇਹੀ ਹੈ ਜੀ ਵੀ ਕੋਈ ਨਸ਼ੇ ਨਾ ਕਰੋ ਜੀ, ਵਧੀਆ ਕੰਮ ਕਰੋ, ਵੀ ਇਹਨਾਂ ਤੋਂ ਕੁਝ ਸਿੱਖੋ, ਜਿਹੜੇ ਲੇਡੀਜ਼ ਨੇ ਜਾਂ ਹੋਰ ਉਹਨਾਂ ਨੂੰ ਵੀ ਸਿੱਖਣਾ ਚਾਹੀਦਾ ਵੀ ਆਪਣੀ ਹੱਥੀਂ ਕੰਮ ਕਰਨਾ, ਕਿਉਂਕਿ ਅੱਜ ਕੱਲ੍ਹ ਲੇਡੀਜ਼ ਹੀ ਸਾਰਿਆਂ ਨੂੰ ਫਾਸਟ ਹੈ। ਹਾਂਜੀ।